ਜਸਵਿੰਦਰ ਸਿੰਘ ਨੂਰ ਭੱਗੇ ਦੀ ਰੋਪੜ ਤੋਂ। ਮੈਂ ਆਪਣਾ ਸਟੱਡੀ ਵੀਜ਼ਾ ਯੂਕੇ ਦਾ ਸਟੱਡੀ ਵੀਜ਼ਾ ਸਨਸ਼ਾਈਨ ਇਮੀਗ੍ਰੇਸ਼ਨ ਤੋਂ ਅਪਲਾਈ ਕੀਤਾ ਐਂਡ ਮੇਰੀ ਕੁਆਲੀਫਿਕੇਸ਼ਨ 10+2 ਇਨ 2018। ਉਸ ਤੋਂ ਬਾਅਦ ਮੈਂ ਆਪਣਾ ਆਇਲਸ ਦਾ ਐਗਜ਼ਾਮ ਦਿੱਤਾ ਜਿਸ ਵਿੱਚੋਂ ਮੇਰੇ ਓਵਰਆਲ 6 ਬੈਂਡ ਐਂਡ 5.5 ਇਨ 2 ਮੋਡਿਊਲ ਵਿੱਚ ਸੀ। ਅਤੇ ਉਸ ਤੋਂ ਬਾਅਦ ਮੈਂ ਜਦੋਂ ਮੈਂ ਆਪਣੀ ਫਾਈਲ ਹਾਈ ਕਮਿਸ਼ਨ ਵਿੱਚ ਲੌਂਚ ਕੀਤੀ ਅਤੇ ਮੇਰਾ ਇੰਟਰਵਿਊ ਆਇਆ। ਇੰਟਰਵਿਊ ਦੇ ਆਉਣ ਦੇ ਬਾਵਜੂਦ ਵੀ ਇਹਨਾਂ ਨੇ ਮੇਰਾ ਯੂਕੇ ਦਾ ਸਟੱਡੀ ਵੀਜ਼ਾ ਲੈਣ ਵਿੱਚ ਬਹੁਤ ਹੈਲਪ ਕੀਤੀ ਐਂਡ ਮੈਂ ਸਾਰੀ ਸਨਸ਼ਾਈਨ ਇਮੀਗ੍ਰੇਸ਼ਨ ਟੀਮ ਦਾ ਧੰਨਵਾਦ ਕਰਦਾ ਹਾਂ। ਅੱਜ ਮੈਂ ਆਪਣਾ ਯੂਕੇ ਦਾ ਸਟੱਡੀ ਵੀਜ਼ਾ ਹਾਸਲ ਕਰ ਚੁੱਕਿਆ ਹਾਂ।